ਮ੍ਰਿਤਕ ਬਜ਼ੁਰਗ ਦੀ ਫੋਟੋ ਵੀ ਨਹੀਂ ਸਾਂਭ ਸਕਿਆ ਪਰਿਵਾਰ। ਕੂੜੇ ਦੇ ਢੇਰ 'ਤੇ ਸੁੱਟੀ ਹੋਈ ਸੀ ਬਜ਼ੁਰਗ ਦੀ ਫੋਟੋ। ਪਿੰਡ ਵਾਸੀਆਂ ਨੇ ਪਾਈਆਂ ਲਾਹਣਤਾਂ। ਭਵਾਨੀਗੜ੍ਹ ਦੇ ਮੁਹੱਲਾ ਨਿਵਾਸੀਆਂ ਦੀ ਅੱਜ ਰੂਹ ਉਸ ਵੇਲੇ ਰੋਈ ਜਦ ਉਹ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਾਉਣ ਦਾ ਨੇਕ ਕੰਮ ਕਰ ਰਹੇ ਸੀ, ਤਾਂ ਇਸ ਦੌਰਾਨ ਉਹਨਾਂ ਦਾ ਧਿਆਨ ਰੂੜੀਆਂ 'ਤੇ ਪਿਆ, ਜਿੱਥੇ ਉਹਨਾਂ ਨੂੰ ਇੱਕ ਸਵਰਗਵਾਸੀ ਬਜ਼ੁਰਗ ਦੀ ਤਸਵੀਰ ਰੂੜੀਆਂ 'ਤੇ ਗਿਰੀ ਦਿਖਾਈ ਦਿੱਤੀ, ਜਿਸ ਨੂੰ ਦੇਖ ਕੇ ਉਹਨਾਂ ਨੂੰ ਕਾਫੀ ਝਟਕਾ ਲੱਗਿਆ ਕਿ ਜਿਸ ਬਜ਼ੁਰਗ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੇ ਪਰਿਵਾਰ ਦਾ ਬੜੀ ਹੀ ਸ਼ਿੱਦਤ ਨਾਲ ਪਾਲਣ ਪੋਸ਼ਣ ਕੀਤਾ ਸੀ, ਅੱਜ ਉਹ ਪਰਿਵਾਰ ਉਸਦੀ ਤਸਵੀਰ ਵੀ ਨਹੀਂ ਸਾਂਭ ਸਕਿਆ। ਮੁਹੱਲਾ ਨਿਵਾਸੀਆਂ ਨੇ ਇਸ ਘਟਨਾ ਦੀ ਕੜੀ ਨਿਖੇਧੀ ਕੀਤੀ ਅਤੇ ਇਸ ਕਲਯੁਗੀ ਪਰਿਵਾਰ ਨੂੰ ਰੱਜ ਕੇ ਲਾਹਣਤਾਂ ਵੀ ਪਾਈਆਂ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਬਜ਼ੁਰਗ ਦੀ ਫੋਟੋ ਦਾ ਸੰਸਕਾਰ ਵੀ ਕੀਤਾ। ਗੋਲਡੀ ਜੀ, ਤੁਹਾਨੂੰ ਇੱਕ ਪੋਸਟ ਸਾਂਝੀ ਕੀਤੀ ਸੀਗੀ ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਫੋਟੋ 'ਤੇ ਸਿਹਰੇ ਸਾਹਮਣੇ, ਕੀ ਗੱਲਬਾਤ, ਘਟਨਾ ਕੀ ਸੀ? ਇੱਕ ਸੀ, ਅੱਜ ਨਾ ਸਾਡੇ ਕਲੱਬ ਦੇ ਉਹ ਕੈਸ਼ੀਅਰ ਨੇ ਤਰਨਜੀਤ ਸਿੰਘ ਮਿੰਟੂ, ਉਹਨਾਂ ਦਾ ਬਰਥਡੇ ਸੀ ਅੱਜ। ਉਰੇ ਅਸੀਂ ਪੌਦੇ ਦਰਖਤ ਲਾਉਣ ਦਾ ਪਲਾਨ ਬਣਾਇਆ ਸੀਗਾ, ਜਦੋਂ ਅਸੀਂ ਉਹ ਸਾਫ਼ ਕਰ ਰਹੇ ਸੀਗੇ ਤਾਂ ਅੱਗੇ ਜਾ ਕੇ ਦੇਖਿਆ ਰੂੜੀਆਂ 'ਤੇ ਇੱਕ ਸਰਦਾਰ ਦੀ ਫੋਟੋ, ਜਿਨ੍ਹਾਂ ਦੀ ਡੈਥ 2019 'ਚ ਹੋ ਗਈ, ਉਹ ਫੋਟੋ ਰੂੜੀਆਂ 'ਤੇ ਸਿੱਟੀ ਪਈ ਹੈ। ਚਲੋ ਅਸੀਂ ਅੱਜ ਜਾ ਕੇ ਦੇਖਿਆ ਵੀ ਇਹ ਕੀ ਫੋਟੋ ਹੈ, ਜਦ ਅਸੀਂ ਉਹਨੂੰ ਜਾ ਕੇ ਦੇਖਦੇ ਹਾਂ ਤਾਂ ਇੱਕ ਬਹੁਤ ਸੋਹਣੇ ਸਰਦਾਰ ਦੀ ਫੋਟੋ ਪਈ ਹੈ। ਅਸੀਂ ਅੱਜ ਚੱਕ ਕੇ ਦੇਖਿਆ, ਸਾਡਾ ਮਨ ਇੱਕਦਮ ਖਰਾਬ ਹੋ ਗਿਆ। ਇਹ ਉਹ ਬਜ਼ੁਰਗ ਹੈ ਜਿਹੜੇ ਬਜ਼ੁਰਗ ਨੇ ਬੱਚਿਆਂ ਨੂੰ ਪਾਲਿਆ, ਪੜ੍ਹਾਇਆ, ਤੁਰਨ ਯੋਗ ਸਾਨੂੰ ਤੁਰਨਾ ਸਿਖਾਇਆ, ਸਾਨੂੰ ਸਮਾਜ 'ਚ ਵਿਚਰਨਾ ਸਿਖਾਇਆ। ਅੱਜ ਇੰਨੇ ਪਰਿਵਾਰਾਂ 'ਚ ਗਿਰਾਵਟ ਆ ਗਈ ਵੀ ਤੁਸੀਂ ਇੱਕ ਆਪਦੇ ਘਰ 'ਚ ਇੱਕ ਕੰਧ, ਇੱਕ ਕੋਨਾ, ਉਹ ਵੀ ਤੁਸੀਂ ਪਰਿਵਾਰ ਦੇ ਉਸ ਮੁਖੀ ਨੂੰ ਦੇ ਨਹੀਂ ਸਕੇ ਜਿਹਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਖਾਣ ਯੋਗ ਦਾਣੇ ਦਿੱਤੇ ਨੇ, ਤੁਹਾਨੂੰ ਸਮਾਜ 'ਚ ਵਿਚਰਨ ਦੇ ਢੰਗ ਤਰੀਕੇ ਦਿੱਤੇ ਨੇ। ਅੱਜ ਜਦੋਂ ਇਸ ਦੁਨੀਆ 'ਚੋਂ ਚਲਾ ਗਿਆ, ਉਹ ਫੋਟੋ ਜਿਹੜੀ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਰੱਖ ਕੇ ਅਰਦਾਸ ਕਰਦੇ ਹਾਂ, ਅਸੀਂ ਅਰਦਾਸ ਕਰਦੇ ਹਾਂ ਵੀ ਹੇ ਸੱਚੇ ਪਾਤਸ਼ਾਹ ਇਹਨਾਂ ਨੂੰ ਆਪਦੇ ਚਰਨਾਂ ਵਿੱਚ ਨਿਵਾਸ਼ ਬਖਸ਼ੀ, ਹੇ ਸੱਚੇ ਪਾਤਸ਼ਾਹ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਈ ਕਿ ਉਹ ਇੱਕ ਪਖੰਡ ਹੈ, ਢਕੋਸਲਾ ਉਹ। ਤੁਸੀਂ ਯਾਰ ਉਹਨਾਂ ਬਜ਼ੁਰਗਾਂ ਦੀਆਂ ਫੋਟੋਆਂ ਰੂੜੀਆਂ 'ਤੇ ਸਿੱਟਦੇ ਹੋ, ਤੁਸੀਂ ਤੁਹਾਨੂੰ ਮਰ ਜਾਣਾ ਚਾਹੀਦਾ ਯਾਰ। ਕਹਾਵਤਾਂ ਤਾਂ ਸੁਣੀ ਨੇ, ਕਹਿੰਦੇ ਪੁੱਤਰਾਂ ਤੋਂ ਬਾਅਦ ਕਹਿੰਦੇ ਪਾਣੀ ਨੂੰ ਤਰਸਦੇ ਨੇ ਮਾਵਾਂ ਅਤੇ ਬਾਪ, ਕੰਧਾਂ। ਮੈਂ ਤੁਹਾਨੂੰ ਦੱਸਦਾ, ਦੇਖੋ ਅਸੀਂ ਕਿਸੇ ਨੇ, ਤੁਸੀਂ ਮੈਂ ਕਿਸੇ ਨੇ ਰੱਬ ਨਹੀਂ ਦੇਖਿਆ, ਪਰ ਅਸੀਂ ਰੱਬ ਨੂੰ ਆਪਦੇ ਮਾਂ ਬਾਪਾਂ 'ਚੋਂ ਦੇਖਦੇ ਹਾਂ। ਅੱਜ ਉਹ ਬਾਪ ਜਿਹਨੇ ਕਦੇ ਤੁਹਾਨੂੰ ਤੁਰਨਾ ਸਿਖਾਇਆ, ਉਹਨੂੰ ਤੁਸੀਂ ਰੂੜੀਆਂ ਸਿੱਟ ਰਹੇ ਹੋ, ਉਹ ਵੀ ਉਹਦਾ ਜਾਣ ਤੋਂ ਬਾਅਦ ਤੁਸੀਂ ਉਹਦਾ ਨਹੀਂ ਸੀ ਯਾਰ, ਤੁਸੀਂ ਉਹਦੀ ਫੋਟੋ ਰੱਖ ਸਕਦੇ, ਤੁਸੀਂ ਉਹਦਾ ਦਾਹ ਸੰਸਕਾਰ ਕਰ ਦਿੰਦੇ। ਬੰਦੇ ਦੇ 3 ਅਹਿਮ ਪੁਆਇੰਟ ਹੁੰਦੇ ਨੇ, ਬੰਦੇ ਦਾ ਜਨਮ, ਉਦੋਂ ਬਾਅਦ ਵਿਆਹ, ਮਰਨਾ। ਬਦਕਿਸਮਤੀ ਇਹ ਦੇਖੋ ਵੀ ਕਿਸੇ ਟਾਈਮ ਭੈਣਾਂ ਨੇ ਆਪਣੇ ਵੀਰ ਦੇ ਸਿਹਰੇ ਬੰਨੇ ਹੋਣਗੇ, ਅੱਜ ਉਹ ਸਿਹਰੇ ਰੂੜੀਆਂ 'ਤੇ ਰੁਲ ਰਹੇ ਨੇ। ਕਲਯੁੱਗ ਦੀ ਤਸਵੀਰ ਆਪਾਂ, ਕਲਯੁੱਗ ਇਦੋਂ ਵੱਡਾ ਕਲਯੁੱਗ ਕੀ ਹੋਊਗਾ, ਇੰਨੇ ਰਿਸ਼ਤੇ ਤਾਰ ਤਾਰ ਹੋਏ ਪਏ ਨੇ ਸਾਡੇ ਸਾਹਮਣੇ। ਸਾਡਾ ਜਿਹੜਾ ਸਵੇਰੇ ਚਾਹ ਸੀ ਨਾ ਵੀ ਅਸੀਂ ਬੂਟੇ ਲਾਵਾਂਗੇ, ਅਸੀਂ ਇਹਨਾਂ ਨੂੰ ਪਾਲਾਂਗੇ, ਸਾਡਾ ਸਾਰਿਆਂ ਦਾ ਮਨ ਖਰਾਬ ਹੋ ਗਿਆ। ਸਾਨੂੰ ਇਹ ਹੋ ਗਿਆ ਵੀ ਛੱਡੋ, ਫਿਰ ਅਸੀਂ ਆਪਦੇ ਬਜ਼ੁਰਗਾਂ ਨੂੰ ਪੁੱਛਿਆ ਸਾਥੇ ਜਾ ਕੇ ਵੀ ਇਹਦਾ ਕੀ ਕਰੀਏ, ਉਹਨਾਂ ਨੇ ਸਾਨੂੰ ਕਿਹਾ ਵੀ ਯਾਰ ਤੁਸੀਂ ਇਹਦਾ ਸੰਸਕਾਰ ਕਰ ਦਿਓ ਫੋਟੋ ਦਾ। ਇਹ ਬਜ਼ੁਰਗ 2019 'ਚ ਸਮਾਜਿਕ ਤੌਰ 'ਤੇ ਦੀ ਡੈਥ ਹੋ ਗਈ ਸੀ, ਪਰ ਅੱਜ ਉਹ ਪਰਿਵਾਰ ਆਪਦੇ ਦਿਲਾਂ 'ਚੋਂ, ਆਪਦੀਆਂ ਯਾਦਾਂ 'ਚੋਂ ਇਹ ਬਜ਼ੁਰਗ ਨੂੰ ਰੂੜੀਆਂ 'ਚ ਸੱਟ ਗਿਆ, ਪਰ ਅਸੀਂ ਇੱਕ ਸਮਾਜਿਕ ਤੌਰ 'ਤੇ ਇਹ ਸੋਚਦੇ ਹੋ ਅੱਜ ਉਹਨਾਂ ਦਾ ਸੰਸਕਾਰ ਕੀਤਾ। ਮੈਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਸਮਾਜ 'ਚ ਵਿਚਰਨਾ ਸਿਖਾਇਆ, ਇਹਨਾਂ ਦੀ ਇੱਜ਼ਤ ਕਰੋ। ਪਰਮਾਤਮਾ ਤੁਹਾਨੂੰ ਤਾਂ ਹੀ
ਚੜ੍ਹਦੀ ਕਲਾ 'ਚ ਰੱਖੂਗਾ। ਸੰਗਰੂਰ ਤੋਂ ਪੱਤਰਕਾਰ ਹਰਕਮਲ ਸਿੰਘ ਹੈਪੀ ਦੀ ਰਿਪੋਰਟ।